ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਜੇ ਆਪਾਂ ਕਿਸੇ ਤੋਂ ਕੋਈ ਚੀਜ਼ ਲੈ ਲਈਏ ਨਾ ਤੇ ਉਹ ਇਨਸਾਨ ਕੋਈ ਵੀ ਮੌਕਾ ਨਹੀਂ ਛੱਡਦਾ ਇਹ ਚਿਤਾਨ ਦਾ ਕਿ ਮੈਂ ਤੈਨੂੰ ਇਹ ਦਿੱਤਾ ਸੀ ਤੇ ਜੇ ਆਪਾਂ ਉਹਦਾ एहसान ਨਾ ਮੰਨੀਏ ਤਾਂ ਫਿਰ ਉਹ ਪਛਤਾਣ ਵੀ ਲੱਗ ਪੈਂਦੇ ਆ ਕਿ ਲੈ ਇਹਨੂੰ ਤਾਂ ਦੇ ਕੇ ਚੀਜ਼ ਨਾ ਗਾਲੀ ਛੱਡੀ ਐ ਇਹ ਤਾਂ ਯਾਦ ਵੀ ਨਹੀਂ ਰੱਖ ਪਰ ਪ੍ਰਮਾਤਮਾ ਐਸਾ ਹੈ ਕਿ ਉਹ ਇੰਨਾ ਕੁਝ ਸਭ ਕੁਝ ਸਾਨੂੰ ਦੇ ਰਿਹਾ ਹੈ ਪਰ ਉਹ ਕਦੀ ਪਛਤਦਾ ਨਹੀਂ ਉਹ ਕਦੀ ਜਿਤਾਂਦਾ ਨਹੀਂ ਉਹ ਆਪ ਹੀ ਇਰਪਾ ਕਰਕੇ ਸਾਨੂੰ ਆਪਣੇ ਨਾਮ ਦੇ ਨਾਲ ਜੋੜਦਾ ਹੈ ਸਾਨੂੰ ਸੇਵਾ ਦੇ ਵਿੱਚ ਲਾਂਦਾ ਹੈ ਉਹ ਸਾਡਾ ਮਾਂ ਵੀ ਹੈ ਸਾਡਾ ਪਿਓ ਵੀ ਹੈ ਸਾਨੂੰ ਪੁਸ਼ਕਾਰਦਾ ਵੀ ਹੈ ਸਾਨੂੰ ਛਿੜਕਦਾ ਵੀ ਹੈ ਸਭ ਕੁਝ ਕਰਦਾ ਹੈ ਪਰ ਉਹ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ ਅਤੇ ਉਸ ਦੇ ਨਾਮ ਦੇ ਨਾਲ ਜੁੜ ਕੇ ਸਾਡਾ ਜਿੰਨਾ ਵੀ ਅਹੰਕਾਰ ਹੈ ਉਹ ਸਾਰਾ ਦੂਰ ਹੋ ਜਾਂਦਾ ਹੈ ਨਾਮ ਦੇ ਨਾਲ ਜੁੜ ਕੇ ਸਾਨੂੰ ਸੁੱਖ ਮਿਲਦਾ ਹੈ ਤੇ ਸਾਰੇ ਜਗ ਦੇ ਵਿੱਚ ਸ਼ੋਭਾ ਹੁੰਦੀ ਹੈ ਪਰਮਾਤਮਾ ਜੋ ਸਭ ਕੁਝ ਕਰ ਰਿਹਾ ਹੈ ਜਿਸਤੇ ਕੀਤੇ ਤੋਂ ਬਿਨਾ ਕੁਝ ਹੁੰਦਾ ਹੀ ਨਹੀਂ ਜਿਸ ਨੇ ਸ੍ਰਿਸ਼ਟੀ ਬਣਾਈ ਹੈ ਐਸੇ ਪਰਮਾਤਮਾ ਦੇ ਧੰਨਵਾਦੀ ਹੋਣਾ ਬੰਦਾ ਹੈ ਉਸ ਦੇ ਗੁਣ ਗਾਣੇ ਬੰਦੇ ਹਨ ਇਹ ਕਹਿਣਾ ਬੰਦਾ ਹੈ ਕਿ ਇਹ ਸੱਚੇ ਪਾਤਸ਼ਾਹ ਤੋਂ ਧੰਨ ਹੈ ਧੰਨ ਹੈ ਧੰਨ ਹੈ